ਮੂੰਹ ਦੀ ਜਿਹੜੀ ਲੋਕਾਂ ਨਾਲ ਵਧੀਆ ਕਿਵੇਂ ਕਰਨੀ ਆ, ਸਾਰੀ ਤੁਹਾਡੀ ਸਕਿਨ ਕਲੀਅਰ ਹੋਊਗੀ, ਬਲੋਟਨੈਸ ਘਟੂਗੀ, ਐਨ ਪੂਰਾ ਐਕਟਰ ਮਾਡਲ ਟਾਈਪ ਫੇਸ ਬਣ ਜੂਗਾ। ਹੁਣ ਕੋਈ ਹੱਥ ਦੇ ਕੇ ਦੱਸੇ ਨਾ ਦੱਸੇ ਕਿ ਇਹਦੀ ਕਿਸਮਤ ਕਿੱਦਾਂ ਜਾਂ ਕਿਵੇਂ ਆ, ਪਰ ਮੂੰਹ ਦੇ ਕੇ ਹਰ ਇੱਕ ਚੀਜ਼ ਬੰਦਾ ਦੱਸ ਦਿੰਦਾ ਕਿ ਬੰਦੇ ਦੀ ਡਾਇਟ ਆ, ਕੀ ਬੰਦਾ ਖਾਂਦਾ, ਇਹ ਤੁਹਾਡਾ ਮੀਟਰ ਆ, ਇਹਨੇ ਤੁਹਾਡਾ ਸਾਰਾ ਕੁਛ ਦੱਸ ਦੇਣਾ। ਜਿਵੇਂ ਜਿਹੜੇ ਰਾਤ ਨੂੰ ਦਾਰੂ ਦੂਰੂ ਵੱਧ ਹੋ ਜਾਂਦੀ ਆ, ਮੂੰਹ ਸੋਜੇ ਜਾਂਦੇ ਨੇ, ਅਗਲਾ ਕਹਿੰਦਾ ਮੂੰਹ ਸੋਜਿਆ ਪਿਆ, ਰਾਤ ਜ਼ਿਆਦਾ ਹੋ ਗਈ ਲੱਗਦੀ ਆ, ਬੀਪੀ ਵੱਧ, ਅਗਲਾ ਕਹਿੰਦਾ ਬੜਾ ਲਾਲ ਹੋਇਆ ਪਿਆ, ਬੀਪੀ ਵੱਧ ਆ। ਸਾਡਾ ਇੱਕ ਬੰਦਾ ਸੀ, ਉਹਨੇ ਇੱਕ ਦਿਨ ਜ਼ਿਆਦਾ ਪੀ ਲਈ, ਉਹ ਪਹਿਲੇ ਦਿਨ ਬੀਪੀ ਵੱਧ ਗਿਆ, ਦੂਜੇ ਦਿਨ ਘੱਟ ਗਿਆ, ਪੀਲਾ ਹੋ ਗਿਆ। ਉਹਨੂੰ ਡਾਕਟਰ 'ਤੇ ਲੈ ਗਏ, ਡਾਕਟਰ ਨੇ ਗਲੂਕੋਜ਼ ਲਾਤਾ ਉਹਦੇ, ਡਾਕਟਰ ਕਹਿੰਦਾ ਹੋ ਗਿਆ ਤੁਹਾਡਾ ਬੰਦਾ ਲਾਲ, ਲੈ ਜਾਓ ਕਹਿੰਦਾ, ਕਹਿੰਦਾ ਦੇਖ ਲਓ ਪੀਲਾ ਲਿਆਉਂਦੇ, ਕਹਿੰਦਾ ਲਾਲ ਕਰਕੇ ਭੇਜਤਾ 2 ਘੰਟੇ 'ਚ। ਹੁਣ ਸਟ੍ਰੈੱਸ ਆ, ਰਾਤ ਨੂੰ ਬੰਦਾ ਸੁੱਤਾ ਨਹੀਂ, ਜਿਹੜਾ ਉਹਦਾ ਸਵੇਰੇ ਦੇਖਿਆ ਮੂੰਹ ਕਹੇ ਜਾਂਦਾ ਉੱਠਦੇ ਦਾ। ਆਪਾਂ ਤਾਂ ਗੱਲ ਕਰਨੀ ਆ ਕਿ ਫੇਸ ਫੈਟ ਲਈ ਜਾਂ ਫੇਸ ਦੀ ਲੁੱਕ ਲਈ ਕਿਹੜੀਆਂ ਚੀਜ਼ਾਂ ਤੁਸੀਂ ਕਰਨੀਆਂ ਨੇ, ਕਿਹੜੀਆਂ ਚੀਜ਼ਾਂ ਨਹੀਂ ਕਰਨੀਆਂ। ਈਵਨ ਜਿਹੜੇ ਬੰਦੇ ਚੜ੍ਹੇ ਰਹਿੰਦੇ ਨੇ, ਉਹਨਾਂ ਦੀ ਵੀ ਫੇਸ ਦੀ ਲੁੱਕ ਖਰਾਬ ਹੁੰਦੀ ਆ। ਚਿਹਰੇ 'ਤੇ ਸਮਾਈਲ ਰੱਖੇਂਗੇ ਉਹ, ਤੁਹਾਡਾ ਫੇਸ ਵਧੀਆ ਗਲੋ ਵੀ ਕਰੂਗਾ, ਸਟ੍ਰੈੱਸ ਵੀ ਘਟੂਗਾ, ਈਵਨ ਇਮੋਸ਼ਨ ਵੀ ਤੁਹਾਡੇ ਫੇਸ 'ਤੇ ਨਜ਼ਰ ਆਉਂਦੇ ਨੇ। ਸਾਡੇ ਨਾ ਅਸੀਂ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਤਾਂ ਦਿੰਦਾ, ਆਪਾਂ ਸਟੋਰੀ ਜੀ ਬਣਾ ਕੇ ਚੱਲਦੇ ਹਾਂ ਜਿਹੜੀ ਅਸਲੀ ਚੀਜ਼ ਤੁਹਾਨੂੰ ਸਮਝ ਆ ਜਾਵੇ। ਸਾਡਾ ਨਾ ਇੱਕ ਫਰੈਂਡ ਹੁੰਦਾ ਸੀਗਾ, ਅਸੀਂ ਭੰਗੜਾ ਸਿੱਖਦੇ ਸੀ, ਜਿਹੜਾ ਬਾਬੇ ਵਾਲਾ ਜਿਹੜਾ ਭੰਗੜਾ ਹੁੰਦਾ, ਬੋਲੀਆਂ ਪਾਉਂਦੇ ਹੁੰਦੇ ਨੇ, ਉਹਦੇ ਕੋਲ ਢੋਲਕੀ ਸੀ, ਉਹ ਤੋਂ ਕਿਤੇ ਗਲਤ ਗੁਲਤ ਵੱਜ ਗਈ, ਕੋਚ ਸਾਹਿਬ ਨੇ ਉਹਦੇ ਥੱਪੜ ਮਾਰਿਆ, ਅਤੇ ਅਸੀਂ ਉਹਨੂੰ ਮਜ਼ਾਕ ਕਰਨ ਲੱਗ ਗਏ, ਓਹੋ ਯਾਰ ਤੇਰਾ ਤਾਂ ਥੱਪੜ ਮਾਰਿਆ। ਉਹ ਕਹਿੰਦਾ ਨਹੀਂ 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 ਕੁਛ ਨਹੀਂ ਹੁੰਦਾ, ਅਸੀਂ ਕਿਹਾ ਵੀ ਇਹਨੂੰ ਰਵਾਉਣਾ ਜਾਣ ਕੇ, ਅਸੀਂ ਕਿਹਾ ਨਹੀਂ ਨਹੀਂ ਯਾਰ ਬਹੁਤ ਜ਼ੋਰ ਨਾਲ ਮਾਰਿਆ ਯਾਰ, ਮਾਰਨਾ ਨਹੀਂ ਚਾਹੀਦਾ ਸੀ। ਫਿਰ ਉਹਦਾ ਮੂੰਹ ਫਿਰ ਕੱਚਾ ਜਿਹਾ ਹੋ ਗਿਆ, ਕੋਈ ਨਹੀਂ ਮੇਰਾ ਵੀਰਾ, ਐਂ ਕਹਿੰਦਾ, ਕਹਿੰਦਾ ਰੋਣ ਲੱਗ ਗਿਆ। ਮਤਲਬ ਤੁਹਾਡੇ ਫੇਸ ਤੋਂ ਪਤਾ ਲੱਗ ਜਾਂਦਾ ਕਿ ਕਦ ਬੰਦਾ ਕੱਚਾ ਹੁੰਦਾ, ਜਿਵੇਂ ਆਪਾਂ ਕਹਿੰਦੇ ਉਹ ਕੱਚਾ ਜਿਹਾ ਹੋ ਗਿਆ। ਸਾਰੀਆਂ ਚੀਜ਼ਾਂ ਤੁਹਾਡੇ ਇੱਥੇ ਆ ਜਾਣੀਆਂ ਨੇ, ਸ਼ੂਗਰ ਖਾਂਦੇ ਹੋ, ਗੰਦੀ ਡਾਇਟ ਖਾਂਦੇ ਹੋ, ਢਿੱਡ 'ਤੇ ਫੈਟ ਆ ਪੂਰੀ, ਤੁਹਾਡੇ ਫੇਸ ਨਹੀਂ ਦੱਸ ਦੇਣ ਕਿ ਇਹ ਬੰਦੇ ਦੇ ਢਿੱਡ 'ਤੇ ਫੈਟ ਆ। ਜਿਹੜੇ ਬੰਦੇ ਦਾ ਫੇਸ ਪੂਰਾ ਸ਼ਾਰਪ ਹੋਊਗਾ, ਉਹ ਐਨ ਪੂਰੀ ਫੇਸ ਦੀ ਲੁੱਕ ਕਲੀਨ ਹੋਊਗੀ, ਉਹਦਾ ਪਤਾ ਲੱਗ ਜਾਂਦਾ ਕਿ ਇਹਦੇ ਬੰਦਾ ਫਿੱਟ ਆ, ਇਹਦੇ ਥੱਲੇ ਵੀ ਫੈਟ ਨਹੀਂ ਹੋਣੀ ਢਿੱਡ 'ਤੇ ਵੀ। ਜੇ ਆਪਾਂ ਨੈਚੁਰਲ ਬਾਡੀ ਵੀ ਬਣਾਉਂਦੇ ਨਾ, ਆਪਣੀ ਬਾਡੀ ਫੈਟ ਕਾਫੀ ਲੋਅ ਚਲੇ ਜਾਂਦੀ ਆ, ਤਾਂ ਆਪਣੇ ਜਿਹੜਾ ਫੇਸ ਆ ਉਹ ਕਈ ਬੰਦੇ ਕਹਿੰਦੇ ਸਾਡਾ ਸੁੱਕ ਜਾਂਦਾ, ਉਹ ਸੁੱਕਣਾ ਹੀ ਆ ਕਿਉਂਕਿ ਥੱਲੇ ਤੁਸੀਂ ਬਹੁਤ ਜ਼ਿਆਦਾ ਫੈਟ ਲੋਸ ਕਰ ਲਈ। ਇੱਕੇ ਕੇਸ ਦੇ ਵਿੱਚ, ਸਿਰਫ ਇੱਕ ਕੇਸ ਦੇ ਵਿੱਚ ਮੂੰਹ ਮੋਟਾ ਰਹਿੰਦਾ ਅਤੇ ਐਬ ਆਉਂਦੇ ਨੇ, ਉਹ ਜਿਹੜਾ ਬੰਦਾ ਸਮਾਨ ਕਰਦਾ। ਦੇਖੋ ਤੁਸੀਂ ਸਮਾਨ ਕਰਨ ਵਾਲੇ ਦੇ ਮੂੰਹ ਵੀ ਬੜੇ ਬੜੇ ਹੁੰਦੇ ਨੇ, ਢਿੱਡ 'ਤੇ ਵੀ ਐਬ ਖੜੇ ਹੁੰਦੇ ਨੇ। ਨਹੀਂ ਪਤਲੇ ਬੰਦਾ ਜਦੋਂ ਨੈਚੁਰਲ ਬੰਦਾ ਵਜਨ ਘਟਾਉਂਦਾ, ਉਹਦਾ ਫੇਸ ਵੀ ਨਾਲ ਸੁੱਕਦਾ ਹੀ ਆ, ਜਦੋਂ ਐਕਸਟ੍ਰੀਮ ਵਜਨ ਘਟਾਉਂਦਾ। ਜਿਵੇਂ ਮੈਂ ਅੱਗੇ ਵੀ ਕਹਿੰਦਾ ਹੁੰਦਾ, ਜੇ ਮੂੰਹ ਤੋਂ ਬੰਦਾ ਬੁੱਚੜ ਜਿਹਾ ਹੋਵੇ ਨਾ, ਤਾਂ ਸਮਝ ਲਓ ਸਮਾਨ ਕਰਿਆ ਹੋਇਆ। ਇਹਨੇ ਕੋਈ ਚੀਜ਼ ਤੁਹਾਡੀ ਛੋਪਣ ਨਹੀਂ ਦੇਣੀ। ਤੁਸੀਂ ਡਰੇ ਹੋਏ ਹੋ, ਤੁਸੀਂ ਖੁਸ਼ ਹੋ ਅੰਦਰੋਂ, ਤੁਸੀਂ ਰਾਤ ਸੁੱਤੇ ਨਹੀਂ, ਰਾਤ ਦੀ ਥੋੜ੍ਹੀ ਵੱਧ ਬੀਤੀ ਆ, ਤੁਹਾਡੇ ਫੇਸ ਨੇ ਦੱਸ ਦੇਣਾ ਸਾਰਾ ਕੁਛ ਜਿਵੇਂ ਮੈਂ ਕਿਹਾ। ਆ ਜਾਓ ਹੁਣ ਜਿਹੜੀ ਫੇਸ ਦੀ ਫੈਟ ਆ, ਉਹਨੂੰ ਘਟਾਉਣਾ ਕਿਵੇਂ ਆ? ਪਹਿਲਾਂ ਤਾਂ ਸਿੰਪਲ ਸ਼ੂਗਰ ਸਾਰੀ ਕੱਟ ਕਰ ਦੇਣੀ ਆ। ਸ਼ੂਗਰ ਤੁਹਾਨੂੰ ਕੰਪਲੈਕਸ ਕਾਰਬ ਜੋ ਬਥੇਰੀ ਮਿਲ ਜਾਂਦੀ ਆ, ਕੀਨੂਆ, ਬਰਾਊਨ ਰਾਈਸ, ਰੈੱਡ ਪਟੈਟੋ, ਸਵੀਟ ਪਟੈਟੋ, ਜਾਂ ਫਰੂਟ ਖਾਂਦੇ ਹੋ, ਜਾਂ ਵੱਧ ਤੋਂ ਵੱਧ ਇੱਕ ਅੱਧੀ ਦਿਨ 'ਚ ਡੇਟਸ ਖਾ ਸਕਦੇ ਹੋ, ਖੰਜੂਰ, ਇਹਨਾਂ 'ਚ ਸ਼ੂਗਰ ਬਹੁਤ ਹੁੰਦੀ ਆ। ਹੋਰ ਕੋਈ ਵੀ ਸਿੰਪਲ ਸ਼ੂਗਰ ਖਾਏਂਗੇ, ਉਹ ਕੋਕ, ਆਈਸਕ੍ਰੀਮ, ਜਿੰਨੀਆਂ ਵੀ ਸਿੰਪਲ ਸ਼ੂਗਰ ਨੇ, ਮਿੱਠਾ, ਤੁਹਾਡੇ ਉਹਨੇ ਫੇਸ ਮੋਟਾ ਕਰਨਾ, ਬਲੋਟਨੈਸ ਹੀ ਆਊਗੀ, ਫੇਸ ਦੀ ਲੁੱਕ ਨਹੀਂ ਵਧੀਆ ਹੋਣੀ, ਸਕਿਨ ਦੇ ਵਿੱਚ ਵਾਟਰ ਹੋਲਡ ਕਰ ਦਿਓ ਉਦੋਂ ਤੁਹਾਡੀ ਬੋਡੀ। ਇੱਦਾਂ ਹੀ ਸੋਲਟ, ਸੋਲਟ ਮਾੜਾ ਨਹੀਂ, ਸੋਲਟ ਓਕੇ ਆ, ਪਰ ਜਿਹੜਾ ਤੁਸੀਂ ਬਾਹਰੋਂ ਸੋਲਟ ਖਾਂਦੇ ਹੋ, ਹੁਣ ਦਿਨ ਦਾ ਤੁਸੀਂ ਜੇ ਮੰਨ ਲਓ ਆਪਣੀਆਂ 2-3 ਮੀਲਾਂ 'ਚ ਸੋਲਟ ਪਾ ਲੈਂਗੇ, ਉਹ ਤੁਹਾਨੂੰ ਕੋਈ ਨੁਕਸਾਨ ਨਹੀਂ ਕਰੂਗਾ। ਵੱਧ ਤੋਂ ਵੱਧ 2500 mg, 3000 mg, 3500 mg ਤੁਸੀਂ ਖਾ ਲੈਂਗੇ, 4000 mg ਖਾ ਲੈਂਗੇ, ਪਰ ਜਦੋਂ ਬਾਹਰੋਂ ਤੁਸੀਂ ਪ੍ਰੋਸੈਸ ਫੂਡ ਖਾਂਦੇ ਹੋ, ਉਹ ਤਾਂ ਤੁਹਾਡੀ ਇੱਕ ਮੀਲ ਦੇ ਵਿੱਚ, ਤੁਹਾਡੇ ਇੱਕ ਦੇ ਵਿੱਚ ਬਹੁਤ ਜ਼ਿਆਦਾ ਸੋਲਟ ਹੁੰਦਾ, ਉਹਦੇ ਨਾਲ ਤੁਹਾਡੀ ਬੋਡੀ ਵਾਟਰ ਫੜ ਜਾਂਦੀ ਹੈ ਫਿਰ, ਕਿਉਂਕਿ ਜਿੰਨਾ ਜ਼ਿਆਦਾ ਹਾਈ ਸੋਲਟ, ਜਿੰਨਾ ਬੈਡ ਪ੍ਰੋਸੈਸ ਫੂਡ ਬਾਹਰੋਂ ਟ੍ਰਾਂਸਫੈਟ ਖਾਏਂਗੇ, ਉਨੀ ਬੋਡੀ ਨੇ ਵਾਟਰ ਹੋਲਡ ਕਰ ਲੈਣਾ, ਉਹਦੇ ਨਾਲ ਮਸਲ 'ਤੇ ਵੀ ਡੈਫੀਨੇਸ਼ਨ ਘੱਟ ਜਾਂਦੀ, ਕਿਉਂਕਿ ਸਕਿਨ ਦੇ ਉੱਪਰ ਤਾਂ ਥੋੜ੍ਹਾ ਵਾਟਰ ਹੋਲਡ ਹੋ ਜਾਂਦਾ, ਕੋਈ ਨਾੜ ਨੂੜ, ਤੁਹਾਡੇ ਕੋਈ ਮਸਲ ਕਲੀਅਰ ਨਹੀਂ ਦਿੰਦੇ, ਇੱਦਾਂ ਹੀ ਫੇਸ 'ਤੇ ਫੈਟ ਚੜ੍ਹ ਜਾਂਦੀ ਆ, ਵਾਟਰ ਜਿਹਾ ਚੜ੍ਹ ਜਾਂਦਾ। ਜ਼ਿਆਦਾ ਖਾਣੀਆਂ ਨੇ ਗ੍ਰੀਨ ਵੈਜੀਟੇਬਲ, ਜਾਂ ਫਿਰ ਵਾਟਰ ਰਿਚ ਫਰੂਟ, ਜਿਵੇਂ ਐਪਲ 'ਚ ਵਾਟਰ ਹੁੰਦਾ, ਵਾਟਰ ਮਿਲਨ ਖਾ ਸਕਦੇ ਹੋ, ਖੀਰਾ, ਸੈਲਰੀ, ਜਾਂ ਫਿਰ ਸਵੀਟ ਪਟੈਟੋ। ਇਹਨਾਂ ਦੇ ਵਿੱਚ ਕੀ ਹੁੰਦਾ, ਪੋਟਾਸ਼ੀਅਮ ਜ਼ਿਆਦਾ ਹੁੰਦਾ। ਪੋਟਾਸ਼ੀਅਮ ਕੀ ਕਰਦਾ, ਪੋਟਾਸ਼ੀਅਮ, ਸੋਡੀਅਮ, ਤੁਹਾਡੀ ਬੋਡੀ ਦੇ ਵਿੱਚ ਇਹਨਾਂ ਦੀ ਰੇਸ਼ੀਓ ਬਹੁਤ ਜ਼ਰੂਰੀ ਹੈ, ਇਹਦੇ ਨਾਲ ਥੋੜ੍ਹਾ ਵਾਟਰ ਅੱਪ ਜਾਣਾ ਬੋਡੀ ਦਾ ਅਤੇ ਵਾਟਰ ਡਾਊਨ ਜਾਣਾ। ਹੁਣ ਪੋਟਾਸ਼ੀਅਮ ਘੱਟ ਆ, ਜੋ ਕਿ ਆਪਾਂ ਨੂੰ 4500 mg ਚਾਹੀਦਾ ਦਿਨ ਦਾ, ਪੋਟਾਸ਼ੀਅਮ ਘੱਟ ਲੈਂਦੇ ਹੋ, ਠੀਕ ਆ, ਵੈਜੀਟੇਬਲ ਖਾਂਦੇ ਨਹੀਂ, ਸੋਲਟ ਤੁਹਾਡਾ ਹਾਈ ਆ, ਬਾਹਰੋਂ ਪ੍ਰੋਸੈਸ ਫੂਡ ਖਾਂਦੇ ਹੋ, ਬੋਡੀ ਵਾਟਰ ਹੋਲਡ ਕਰੀ ਜਾਂਦੀ, ਉਹ ਫੈਟ ਵੀ ਨਹੀਂ ਹੁੰਦੀ, ਵਾਟਰ ਵੇਟ ਹੀ ਹੁੰਦਾ। ਸੋ ਜੇ ਹੁਣ ਪੋਟਾਸ਼ੀਅਮ ਹਾਈ ਰਹੂਗਾ ਤੁਹਾਡਾ, ਸੋਲਟ ਤੁਹਾਡਾ ਨੋਰਮਲ, ਘਰ ਦਾ ਤੁਸੀਂ ਖਾਂਦੇ ਹੋ, ਤਾਂ ਫਿਰ ਉਹ ਜਿਹੜੀ ਬੋਡੀ 'ਚੋਂ ਐਕਸਟਰਾ ਵਾਟਰ ਆ ਫਲੱਸ਼ ਆਊਟ ਹੋਊ, ਬਾਹਰ ਕੱਢ ਦੇਣਾ ਬੋਡੀ ਨੇ ਕਿਡਨੀ ਦੇ ਥਰੂ, ਕਿ ਨਹੀਂ ਸਾਨੂੰ ਲੋੜ ਨਹੀਂ, ਜਿੰਨਾ ਹੁਣ ਗੰਦ ਖਾਈ ਚੱਲੇਗਾ ਉਹਨੇ ਵਾਟਰ ਹੋਲਡ ਕਰੀ ਜਾਣਾ ਬੋਡੀ 'ਤੇ। ਹੁਣ ਗੁੱਡ, ਤੁਸੀਂ ਵਾਟਰ ਪੀਂਦੇ ਹੋ, ਜਿਵੇਂ 3 ਜਾਂ 4 ਲੀਟਰ ਦਿਨ ਦਾ ਪੀਂਦੇ ਹੋ, ਖੀਰੇ ਖਾਂਦੇ, ਜਿਵੇਂ ਮੈਂ ਕਿਹਾ ਸੀ ਵਾਟਰ ਰਿਚ ਫਰੂਟ ਖਾਂਦੇ ਹੋ, ਲੈਮਨ ਵਾਟਰ ਦਿਨ 'ਚ 1-2 ਵਾਰ ਪੀ ਲਿਆ ਕਰੋ, ਵਿਟਾਮਿਨ ਸੀ ਰਿਚ ਫੂਡ ਜਿਵੇਂ ਸਟ੍ਰੋਬੇਰੀ,
ਤਾਂ ਕਿ ਤੁਹਾਡੀ ਸਕਿਨ ਅਤੇ ਸਾਰੀ ਬਾਡੀ ਹਾਈਡਰੇਟ ਰਹੇ। ਅਰਬਲ ਟੀ ਪੀ ਸਕਦੇ ਹੋ, ਜਿਵੇਂ ਪੇਪਰਮਿੰਟ ਟੀ ਜਾਂ ਜਿੰਜਰ ਟੀ ਜਾਂ ਸਿੰਪਲ ਹੋਰ ਵਧੀਆ ਅਰਬਲ ਟੀਆਂ ਆਉਂਦੀਆਂ ਨੇ, ਉਹਨਾਂ ਵਿੱਚ ਡਾਇਓਰਾਇਟਿਕ ਪ੍ਰੋਪਰਟੀਆਂ ਹੁੰਦੀਆਂ ਨੇ, ਮਤਲਬ ਐਕਸਟਰਾ ਵਾਟਰ ਤੁਹਾਡੀ ਬਾਡੀ 'ਚੋਂ ਬਾਹਰ ਕੱਢਦੀਆਂ ਨੇ ਉਹ। ਇੰਟਰਮੀਟਿੰਗ ਫਾਸਟਿੰਗ ਕਰ ਸਕਦੇ ਹੋ, ਕਿਉਂਕਿ ਹੁਣ ਜੇ ਤੁਹਾਡੀ ਡਾਇਟ ਵੀ ਸਹੀ ਆ ਅਤੇ ਕਰ ਵੀ ਤੁਸੀਂ ਫਾਸਟਿੰਗ ਰਹੇ ਹੋ ਨਾਲ, ਫਿਰ ਐਕਸਟਰਾ ਫੈਟ ਨਹੀਂ ਆਊਗੀ। ਜਦੋਂ ਐਕਸਟਰਾ ਫੈਟ ਨਹੀਂ ਆਉਣੀ, ਫਿਰ ਸਾਰੀ ਬਾਡੀ ਦੇ ਜਿਹੜੇ ਮਸਲ ਵੀ ਨੇ, ਫੇਸ ਵੀ ਆ, ਕੋਈ ਵਾਧੂ ਐਕਸਟਰਾ ਉਹਦੇ ਫੈਟ ਨਹੀਂ ਰਹੂਗੀ, ਸ਼ਾਰਪ ਰਹਿਣਗੇ। ਹੁਣ ਇਹ ਨਹੀਂ ਕਿ ਤੁਸੀਂ ਫੇਸ 'ਤੇ ਬਹੁਤ ਸਾਰੀ ਫੈਟ ਚਾੜੀ ਬੈਠੇ ਹੋ, ਇਹ ਵੀ ਨਹੀਂ ਕਿ ਤੁਸੀਂ ਬਹੁਤ ਸਾਰੀ ਕਟਿੰਗ ਕਰਕੇ ਉਹ ਤੁਹਾਡਾ ਮੂੰਹ ਇੱਦਾਂ ਲੱਗ ਰਿਹਾ ਜਿਵੇਂ ਬਿਮਾਰ ਜੇ ਹੋ ਗਏ। ਸੋ ਇਹਦੇ ਵਿੱਚ ਬੈਲੈਂਸ ਚਾਹੀਦਾ। ਕਈ ਬੰਦੇ ਸਾਲਟ ਛੱਡ ਦਿੰਦੇ ਨੇ ਨੂਣ, ਉਹਨਾਂ ਦਾ ਵੀ ਜਿਹੜਾ ਫੇਸ ਆ ਸੁੱਕ ਜਾਂਦਾ, ਕਿਉਂਕਿ ਉਹ ਜ਼ਰੂਰੀ ਆ ਬਾਡੀ ਲਈ। ਤੁਹਾਨੂੰ ਬਸ ਬੈਲੈਂਸ ਕਰਨ ਦੀ ਲੋੜ ਆ, ਐਕਸਰਸਾਈਜ਼ ਵੀ ਕਰੋ, ਉਹਦੇ ਨਾਲ ਵੀ ਤੁਹਾਡਾ ਜਿਹੜਾ ਐਕਸਟਰਾ ਫੈਟ ਨਿਕਲੂਗੀ, ਕੈਲਰੀ ਬਰਨ ਹੁੰਦੀ ਆ ਤੁਹਾਡੀ, ਜਿਹੜੀ ਵਾਧੂ ਬਾਡੀ 'ਤੇ ਜਮ੍ਹਾਂ ਹੁੰਦੀ ਆ ਉਹ ਬੈਲੈਂਸ ਕਰਦੀ ਆ ਬਾਡੀ। ਤਾਂ ਸਕਿਨ 'ਤੇ ਮਸਾਜ ਵੀ ਕਰ ਸਕਦੇ ਹੋ ਤੁਸੀਂ, ਐਲੋਵੀਰਾ ਜੈਲ ਲੈ ਕੇ ਆਪਣੀ 5-7 ਮਿੰਟ ਇੱਦਾਂ ਘੁਮਾ ਕੇ ਅੱਖਾਂ ਮੀਚ ਕੇ ਸਾਰੇ ਫੇਸ ਦੀ ਮਸਾਜ ਕਰ ਲਈ, ਉਹਦੇ ਨਾਲ ਜਿਹੜੀ ਵਾਧੂ ਦੀ ਪਲਫਨੈਸ ਜੀ ਹੁੰਦੀ ਆ ਉਹ ਵੀ ਘੱਟਦੀ ਆ, ਥੋੜ੍ਹੇ ਜਿਹੜੇ ਕੋਲੇਜਨ ਹੁੰਦੇ ਨੇ ਸਕਿਨ ਵੀ ਹੁੰਦੀ ਜਿਹੜੀ ਤੁਹਾਡੀ ਸਾਰੀ, ਉਹਦੀ ਵੀ ਇੱਕ ਐਕਸਰਸਾਈਜ਼ ਹੁੰਦੀ ਰਹਿੰਦੀ ਆ, ਕਿਉਂਕਿ ਐਟਲੀਸਟ ਤੁਹਾਡਾ ਨਾ ਹਰ ਇੱਕ ਚੀਜ਼ 'ਚ ਬਲੱਡ ਫਲੋ ਵੱਧਦਾ, ਜਿਵੇਂ ਕਹਿੰਦੇ ਨੇ ਸਿਰ ਦੀ ਮਾਲਿਸ਼ ਕਰੋ ਜੀ, ਬਲੱਡ ਫਲੋ ਵੱਧਦਾ ਸਕੈਲਪ ਦੇ ਵਿੱਚ, ਇੱਦਾਂ ਹੀ ਸਕਿਨ ਦੀ ਮਸਾਜ ਨਹੀਂ ਆਪਾਂ ਕਰਦੇ, ਉਹ ਡੈੱਡ ਹੋ ਜਾਂਦੀ ਆ ਸਕਿਨ। ਹੁਣ ਜੇ ਮੈਂ ਮਸਲ ਐਕਟੀਵੇਟ ਨਾ ਕਰਾਂ, ਮੰਨ ਲਓ ਹੈ ਨਾ, ਮੈਂ ਇਹਨੂੰ ਕਦੇ ਛੇੜ ਹੀ ਨਾ, ਇਹਦੀ ਬਾਂਹ ਸੁੱਕ ਜਾਂ, ਬਾਂਹ ਸੁੱਕ ਜੂ, ਜਿੰਨਾ ਮਰਜ਼ੀ ਖਾ ਲਵਾਂ ਪ੍ਰੋਟੀਨ, ਜਿੰਨਾ ਮਰਜ਼ੀ ਖਾ ਲਵਾਂ, ਤਾਂ ਕਰਕੇ ਥੋੜ੍ਹੀ ਜਿਹੀ 5-7 ਮਿੰਟ ਸਕਿਨ ਦੀ ਨਾ ਮਾਲਿਸ਼ ਕਰੋ। ਪਾਰਲਰ ਵਿੱਚ ਵੀ ਇਹੀ ਕਰਦੇ ਨੇ, ਵਧੀਆ ਦੇ ਵਿੱਚ ਉਹ ਪੂਰੀ ਮਸਾਜ ਦਿੰਦੇ ਨੇ, ਅੱਖਾਂ ਮੀਚ ਕੇ ਆਪਣਾ ਪੈ ਕੇ ਇਹਦੀ ਪ੍ਰੋਪਰ ਮਸਾਜ ਵਗੈਰਾ ਕਰ ਲਓ, ਠੀਕ ਹੈ। ਹੁਣ ਸਟ੍ਰੈੱਸ ਹਰ ਇੱਕ ਚੀਜ਼ ਨਾਲ ਤੁਹਾਡਾ ਫੇਸ ਖਰਾਬ ਹੁੰਦਾ, ਗਲਤ ਖਾਣਾ, ਸੌਣ ਦੀਆਂ ਆਦਤਾਂ ਗੰਦੀਆਂ ਨੇ, ਖਿੱਝਣਾ ਬਹੁਤ ਮਾੜੀ ਮਾੜੀ ਗੱਲ 'ਤੇ, ਹੱਸਦਾ ਮੂੰਹ 'ਤੇ, ਮੈਂ ਪਹਿਲੀ ਗਿਆ ਸਾਨੂੰ ਹੱਸਦਾ ਮੂੰਹ 'ਤੇ ਸਮੈਲ ਵਾਲਾ ਮੂੰਹ ਦੇਖ ਲਓ ਕਿੰਨਾ ਫਰਕ ਹੁੰਦਾ। ਜਿਹੜਾ ਮੈਂ ਤਾਂ ਹੱਸਦਾ ਰਹਿੰਦਾ, ਅੰਦਰੋਂ ਹਾਰਮੋਨ ਠੀਕ ਰਹਿੰਦੇ ਨੇ, ਖੁਸ਼ ਰਹਿੰਦਾ ਅੰਦਰੋਂ, ਉਹਦਾ ਫੇਸ ਵੀ ਗਲੋ ਕਰਦਾ। ਜਿਹੜਾ ਮੈਂ ਖਿਝਾ ਰਹਿੰਦਾ, ਉਹਦੇ ਮੂੰਹ 'ਤੇ ਸਮਝ ਲਓ ਕਿ ਰੌਣਕ ਹੀ ਨਹੀਂ ਹੁੰਦੀ, ਉਹਨੂੰ ਦੇਖਣਾ ਵੀ ਨਹੀਂ ਛੇਤੀ ਛੇਤੀ ਕੀ ਚਾਹੁੰਦਾ। ਅਤੇ ਜਿੱਡੇ ਮਰਜ਼ੀ ਤੁਸੀਂ ਤਕੜੇ ਐਕਟਰ ਹੋ, ਤੁਹਾਡੇ ਇਮੋਸ਼ਨ ਵੀ ਬਾਹਰ ਆਏ ਜਾਣੇ ਨੇ। ਜਿਹੜੀ ਆਪਣੀ ਵੀਡੀਓ ਹੈ, ਕਿਸੇ ਨੂੰ ਨਾ ਇੱਦਾਂ ਦਿਖਾਉਣ ਲਈ ਨਹੀਂ ਬਣੇਗੀ ਕਿ ਬਾਈ ਹਾਂ ਕਿਸੇ ਦਾ ਮੂੰਹ ਮੋਟਾ ਜੀ, ਮੋਟਾ ਮੂੰਹ ਵਧੀਆ ਨਹੀਂ ਜਾਂ ਕਿਸੇ ਦਾ ਪਤਲਾ। ਇਹ ਸਿਰਫ ਫੈਕਟ ਦੱਸੇ ਨੇ ਕਿ ਹਾਂ ਆਪਾਂ ਬੈਲੈਂਸ ਰੱਖਣਾ, ਕਿ ਆਪਣਾ ਬਾਈ ਫੇਸ ਸਹੀ ਦੱਸ ਤਾਂ ਰਿਹਾ ਵੀ ਹਾਂ ਭਾਈ ਤੁਸੀਂ ਕਿੰਨੇ ਕੁ ਹੈਲਦੀ ਹੋ, ਕਿਉਂਕਿ ਤਾਂ ਹੁਣ ਜ਼ਰੂਰੀ ਹੈ, ਤਾਂ ਇਹਦਾ ਫੈਕਟ ਨੇ, ਇਹਦਾ ਆਪਾਂ ਨੂੰ ਦੇਖਣਾ ਹੀ ਪੈਣਾ। ਹੁਣ ਬੰਦਾ ਜਦੋਂ ਪੀਲਾ ਜਿਹਾ ਹੋ ਜਾਂਦਾ, ਬੰਦਾ ਕਹਿੰਦਾ ਯਾਰ ਪੀਲੇ ਤਾਂ ਨਹੀਂ ਤੈਨੂੰ, ਆਪਾਂ ਦੇਖਦੇ ਨਹੀਂ ਹੈਗੇ ਵੀ ਸਾਡਾ ਫੇਸ ਸਾਨੂੰ ਕੁਛ ਦੱਸ ਰਿਹਾ, ਇਹ ਬਹੁਤ ਗੱਲਾਂ ਦੱਸ ਰਿਹਾ। ਈਵਨ ਤੁਹਾਡਾ ਜਿਵੇਂ ਮੈਂ ਕਿਹਾ ਮੂਡ ਤੋਂ ਲੈ ਕੇ ਬਿਮਾਰੀ ਤੋਂ ਲੈ ਕੇ ਹਰ ਇੱਕ ਚੀਜ਼ ਦੱਸ ਰਿਹਾ। ਅੱਖਾਂ 'ਚ ਕਾਲੇ ਦੱਬੇ ਪਏ ਹੋਏ ਨੇ, ਸਲੀਪ ਘੱਟ ਆ, ਸੌਂਦੇ ਨਹੀਂ ਹੈਗੇ ਤੁਸੀਂ, ਹਰ ਇੱਕ ਚੀਜ਼ ਇਹਨੇ ਦੱਸ ਦੇਣੀ ਆ। ਇਹਨੂੰ ਦੇਖੋ, ਇਹ ਤੋਂ ਪੜ੍ਹੋ ਵੀ ਕੀ ਕਹਿਣਾ ਚਾਹ ਰਿਹਾ ਹੈ ਆਪਾਂ ਨੂੰ। ਜੇ ਤੁਸੀਂ ਪੜ੍ਹ ਗਏ ਚੀਜ਼ਾਂ, ਤੁਸੀਂ ਆਪਣੀ ਹੈਲਥ ਅੰਦਰੋਂ ਬਾਹਰੋਂ ਸੈੱਟ ਕਰ ਸਕਦੇ ਹੋ। ਬਸ ਜੇ ਹੁਣ ਫੇਸ 'ਤੇ ਪਿੰਪਲ ਨੇ, ਸੁੱਜਿਆ ਪਿਆ, ਅੱਖਾਂ ਦੇ ਕਾਲੇ ਧੱਬੇ ਨੇ, ਤਾਂ ਦੇਖੋ ਵੀ ਕੀ ਚੱਕਰ ਆ, ਕੀ ਗੰਦ ਮੰਦ ਖਾ ਰਹੇ ਹਾਂ ਜਿਹੜਾ ਫੇਸ ਇੱਦਾਂ ਹੋਇਆ ਹੋਇਆ, ਜਾਂ ਕੋਈ ਫੂਡ ਐਲਰਜੀ ਹੈ ਸਾਨੂੰ, ਕਿਉਂਕਿ ਅੰਦਰਲੀ ਪ੍ਰੋਬਲਮ ਬਾਹਰ ਇਹ ਨਹੀਂ ਦੱਸਣੀ ਹੈ ਤੁਹਾਨੂੰ, ਠੀਕ ਆ। ਸੋ ਇਹ ਗੱਲਾਂ ਦਾ ਧਿਆਨ ਰੱਖਣਾ, ਸਾਰੀਆਂ ਗੱਲਾਂ ਫੋਲੋ ਕਰਿਓ, ਪੂਰੀ ਤੁਹਾਡੀ ਲੁੱਕ ਵੀ ਸ਼ਾਰਪ ਹੋਜੂਗੀ ਅਤੇ ਅੰਦਰੋਂ ਬਾਹਰੋਂ ਹੈਲਦੀ ਵੀ ਹੋ ਜਾਏਗੇ। ਸੋ ਧਿਆਨ ਰੱਖੋ ਆਪਣਾ। ਹੁਣ ਆਪਾਂ ਮਿਲਦੇ ਨੈਕਸਟ ਵੰਚ, ਦਿਸ ਇਜ਼ ਹਰੀ ਮੰਡੀਰ, ਵਾਹਿਗੁਰੂ ਮਿਹਰ ਕਰੇ, ਲਵ ਯੂ ਆਲ।